ਸਤਿ ਸ਼੍ਰੀ ਅਕਾਲ, ਮੈਂ ਸਵਰਨਵੀਰ ਸਿੰਘ ਅਹਿਮ ਮੁੱਦੇ ਵਿੱਚ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ। ਕੁਝ ਚਿਰ ਪਹਿਲਾਂ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ, ਇਨਫੈਕਟ ਸਮੇਂ ਸਮੇਂ 'ਤੇ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਕਿਸ ਤਰੀਕੇ ਨਾਲ RSS ਜਾਂ ਮਨੁਵਾਦੀ ਸਿਧਾਂਤ ਹੈ ਉਹ ਆਪਣੇ ਹੀ ਲੀਡਰਾਂ ਦੇ ਨਾਲ, ਯਾਨੀ ਕਿ ਸਾਡੇ ਆਪਣੇ ਲੀਡਰਾਂ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਹੌਲੀ ਹੌਲੀ ਸਿੱਖੀ 'ਤੇ, ਗੁਰਮਤੇ ਅਤੇ ਸਿੱਖ ਇਤਿਹਾਸ 'ਤੇ ਲਗਾਤਾਰ ਹਮਲਾ ਕਰਕੇ ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਨੇ। ਅਸੀਂ ਤੁਹਾਨੂੰ ਦਰਬਾਰ ਸਾਹਿਬ ਦੀ ਇੱਕ ਰਿਪੋਰਟ ਵੀ ਦਿਖਾਈ ਸੀ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਦਰਬਾਰ ਸਾਹਿਬ ਨੂੰ ਹੁਣ ਉਹ ਖਤਮ ਕਰਕੇ ਢਾਹ ਕੇ ਉੱਥੇ ਮੰਦਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਰਿਪੋਰਟ ਦਾ ਲਿੰਕ ਅਸੀਂ ਨੀਚੇ ਕਮੈਂਟ ਬਾਕਸ ਵਿੱਚ ਦੇ ਰਹੇ ਹਾਂ, ਤੁਸੀਂ ਦੁਬਾਰਾ ਉਹ ਵੇਖ ਸਕਦੇ ਹੋ। ਲੇਕਿਨ ਅੱਜ ਅਸੀਂ ਤੁਹਾਨੂੰ ਇੱਥੋਂ ਇੱਕ ਸਟੈਪ ਹੋਰ ਅੱਗੇ ਲੈ ਕੇ ਜਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਆਪਣੇ ਮਨਸੂਬੇ ਦੇ ਵਿੱਚ ਹੌਲੀ ਹੌਲੀ ਕਾਮਯਾਬ ਹੁੰਦੇ ਜਾ ਰਹੇ ਨੇ ਅਤੇ ਸਾਡੇ ਲੀਡਰ, ਸਾਡੇ ਆਗੂ ਗੂੜੀ ਨੀਂਦ ਵਿੱਚ ਸੁੱਤੇ ਹੋਏ ਨੇ, ਜਾਂ ਇੰਜ ਕਹਿ ਲਈਏ ਕਿ ਲਾਲਚ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਅਤੇ ਜਾਗਣ ਦਾ ਨਾਂ ਨਹੀਂ ਲੈ ਰਹੇ। ਇਹ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਜੋ ਤੁਹਾਡੀ ਸਕਰੀਨ 'ਤੇ, ਮਾਈ ਭਾਗੋ ਦੇ ਗੁਰਦੁਆਰੇ ਦੀ ਹੈ ਜੋ ਕਿ ਹਜ਼ੂਰ ਸਾਹਿਬ ਵਿਖੇ ਹੈ। ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਪੈਰਲਲ ਇੱਕ ਹੋਰ ਗ੍ਰੰਥ ਰੱਖਿਆ ਗਿਆ ਹੈ। ਸਾਡੀ 5K ਦੀ ਟੀਮ ਨੇ ਜਦ ਉਸਦੀ ਫੋਟੋ ਲੈਣ ਦੀ ਕੋਸ਼ਿਸ਼ ਕੀਤੀ, ਉਸਦੇ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਕੈਮਰੇ ਬੰਦ ਕਰਤੇ ਗਏ ਅਤੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਗਿਆ। ਲੇਕਿਨ ਵਾਰ ਵਾਰ ਪੁੱਛਣ 'ਤੇ ਉਹਨਾਂ ਨੇ ਕਿਹਾ ਕਿ ਇਹ ਜਪ ਬਾਣੀ ਦਾ ਪੂਰਾ ਗ੍ਰੰਥ ਹੈ ਜਿਹੜਾ ਕਿ ਦਰਬਾਰ ਸਾਹਿਬ ਦੇ ਨਾਲ ਰੱਖਿਆ ਹੋਇਆ ਹੈ। ਪਰ ਜਿਹੜਾ ਸਾਡੇ ਟੀਮ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਇਹ ਜਪ ਦਾ ਗ੍ਰੰਥ ਨਹੀਂ ਲੱਗ ਰਿਹਾ, ਇਹਦੇ 'ਚ ਪਹਿਲਾਂ ਕੋਈ ਹੋਰ ਵੀ ਬਾਣੀ ਸੀ, ਤਾਂ ਉਹਨਾਂ ਨੇ ਕੁਛ ਵੀ ਦੱਸਣ ਤੋਂ ਇਨਕਾਰ ਕਰਤਾ। ਇਸ ਤੋਂ ਇਲਾਵਾ ਜੇਕਰ ਅਸੀਂ ਮੈਨੇਜਮੈਂਟ ਟੀਮ ਦੀ ਗੱਲ ਮੰਨ ਲਈਏ ਕਿ ਇਹ ਜਪ ਦਾ ਹੀ ਗ੍ਰੰਥ ਹੈ, ਵੈਸੇ ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਪ ਦਾ ਕਿਹੜਾ ਗ੍ਰੰਥ ਸਾਨੂੰ ਉਸ ਦੇ ਨਾਲ ਲੋੜੀਂਦਾ ਹੈ। ਪਰ ਜੇਕਰ ਉਹਨਾਂ ਨੇ ਰੱਖਿਆ ਹੈ ਤਾਂ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਜਿਹੜੀ ਤੁਸੀਂ ਦੁਸਹਿਰਾ ਮਹੱਤਮ ਦਾ ਜਿਹੜਾ ਪਾਠ ਤੁਸੀਂ ਕਰਦੇ ਹੋ ਜਾਂ ਜਿਹੜਾ ਉਹਦਾ ਤੁਸੀਂ ਪ੍ਰਚਾਰ ਕਰ ਰਹੇ ਹੋ, ਇਹਦਾ ਸਿੱਖੀ ਦੇ ਨਾਲ ਕੀ ਲੈਣਾ ਹੈ, ਤਾਂ ਉਹਨਾਂ ਨੇ ਆਪਣੇ ਮੂੰਹ 'ਤੇ ਉਂਗਲਾਂ ਰੱਖ ਲਈਆਂ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਖੈਰ ਇਹ ਗੱਲ ਹੋ ਗਈ ਹਜ਼ੂਰ ਸਾਹਿਬ ਦੀ। ਪਟਨਾ ਸਾਹਿਬ ਦੇ ਵਿੱਚ ਜੋ ਉੱਥੋਂ ਦੇ ਪ੍ਰਚਾਰਕ ਕਰ ਰਹੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਹੁਣ ਗੱਲ ਕਰੀਏ ਅਗਰ ਦਰਬਾਰ ਸਾਹਿਬ ਦੀ, ਜਿਸ ਨੂੰ ਇਹਨਾਂ ਨੇ ਹੁਣ ਪੂਰੇ ਤਰੀਕੇ ਦੇ ਨਾਲ ਮਨੁਵਾਦ ਦੇ ਰੰਗ ਦੇ ਵਿੱਚ ਰੰਗਣ ਦੀ ਪੂਰੀ ਕੋਸ਼ਿਸ਼ ਕਰ ਲਈ ਹੈ। ਅਸੀਂ ਇਹਨੂੰ ਦੇਖ ਕੇ ਅਣਦੇਖਾ ਕਰ ਰਹੇ ਹਾਂ, ਅਸੀਂ ਜਾਣ ਕੇ ਵੀ ਅਸੀਂ ਆਪਣੀਆਂ ਅੱਖਾਂ ਮੂੰਦ ਰਹੇ ਹਾਂ, ਪਰ ਇਸ ਦੇ ਨਤੀਜੇ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਬਹੁਤ ਹੀ ਗੰਭੀਰ ਹੋਣਗੇ, ਉਹੀ ਹੋਣਗੇ ਜੋ ਬਾਬਰੀ ਮਸਜਿਦ ਦੇ ਹੋਏ ਸਨ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਹ ਜਿਹੜੀ ਪਹਿਲੀ ਤਸਵੀਰ ਹੈ ਇਹ ਬਾਬਾ ਟਲ ਜੀ ਦੀ ਬਿਲਡਿੰਗ ਦੀ ਤਸਵੀਰ ਹੈ, ਸੈਕਿੰਡ ਫਲੋਰ ਦੇ ਵਿੱਚ ਉੱਥੇ ਉਹਨਾਂ ਨੇ ਜਿਹੜੀ ਚਿੱਤਰਕਾਰੀ ਕੀਤੀ ਹੈ। ਸ਼ਾਇਦ ਚਿੱਤਰਕਾਰੀ ਇਹ ਕਾਫ਼ੀ ਚਿਰ ਤੋਂ ਪਹਿਲਾਂ ਬਦਲਤੀ ਗਈ ਸੀ, ਪਰ ਇਸ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ। ਇਸ ਚਿੱਤਰਕਾਰੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਕਾਲਪਨਿਕ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਬਣਾਈ ਗਈ ਹੈ ਅਤੇ ਉਹਨੂੰ ਉਹਨਾਂ ਨੂੰ ਬਘਿਆੜ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਦਿਖਾਇਆ ਗਿਆ ਹੈ। ਅਤੇ ਸੈਕਿੰਡ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਹੁਣ ਤੁਹਾਡੇ ਸਾਹਮਣੇ ਹੈ, ਇਸ ਦੇ ਵਿੱਚ ਕਲੀਅਰਲੀ ਦਿਖਾਇਆ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਕਲਯੁੱਗ ਦੇ ਰਾਕਸ਼ਸ ਦੇ ਨਾਲ ਗੱਲਾਂ ਕਰ ਰਹੇ ਨੇ ਅਤੇ ਉਸ ਨੂੰ ਆਸ਼ੀਰਵਾਦ ਦੇ ਰਹੇ ਨੇ ਕਿ ਕਲਯੁੱਗ ਦੇ ਰਾਕਸ਼ਸ, ਤੇਰਾ ਜਿਹੜਾ ਪ੍ਰਤਾਪ ਹੈ ਸਾਰੇ ਯੁੱਗਾਂ ਦੇ ਵਿੱਚੋਂ ਸਭ ਤੋਂ ਵੱਡਾ ਹੈਗਾ, ਸਾਰਿਆਂ ਨਾਲੋਂ ਲੰਮਾ ਹੈ। ਇਹ ਤਸਵੀਰਾਂ ਉੱਥੇ ਬਣਾਤੀ ਗਈਆਂ ਨੇ ਤੁਹਾਨੂੰ ਬਾਹਮਣਵਾਦ ਦੇ ਰੂਪ ਦੇ ਵਿੱਚ ਰੰਗਣ ਵਾਸਤੇ। ਦੂਜੀ ਤਸਵੀਰ, ਹੁਣ ਤੁਸੀਂ ਆਖੋਗੇ ਕਿ ਇਹ ਜਿਹੜੀ ਤਸਵੀਰ ਹੈ ਉਹ ਦਰਬਾਰ ਸਾਹਿਬ ਦੀ ਨਹੀਂ ਹੈ, ਦਰਬਾਰ ਸਾਹਿਬ ਦੇ ਨਾਲ ਦੀ ਬਿਲਡਿੰਗ ਦੀ ਹੈ, ਉਹ ਵੀ ਉਸਦੇ ਸੈਕਿੰਡ ਫਲੋਰ ਦੀ ਹੈ। ਪਰ ਇਹ ਜਿਹੜੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ, ਇਹਨੂੰ ਦੇਖ ਕੇ ਸ਼ਾਇਦ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ, ਕਿਉਂਕਿ ਇਹ ਦਰਬਾਰ ਸਾਹਿਬ ਦੇ ਅੰਦਰ ਦੀ ਤਸਵੀਰ ਹੈ, ਜਿਹੜੀ ਦਰਬਾਰ ਸਾਹਿਬ ਦੀਆਂ ਕੰਧਾਂ 'ਤੇ ਇਹ ਜਿਹੜੀ ਚਿੱਤਰਕਾਰੀ ਕੀਤੀ ਗਈ ਹੈ। ਤੁਸੀਂ ਵੇਖ ਸਕਦੇ ਹੋ ਕਿ ਉਸ ਤਸਵੀਰ 'ਚ ਦਿਖਾਇਆ ਗਿਆ ਹੈ ਕਿ ਇੱਕ ਨੰਗਾ ਸਾਧੂ ਬਾਹਮਣ ਰੂਪੀ ਉੱਥੇ ਬੈਠਾ ਹੈ ਅਤੇ ਉਹਦੇ ਕਮੰਡਲ ਦੇ ਵਿੱਚੋਂ ਉਹ ਜਿਹੜੇ ਫੁੱਲ ਪੱਤੀਆਂ ਨਿਕਲ ਰਹੇ ਨੇ, ਭਾਵ ਉਹਦੇ ਕਮੰਡਲ ਦੇ ਵਿੱਚੋਂ, ਬ੍ਰਾਹਮਣ ਦੇ ਕਮੰਡਲ ਦੇ ਵਿੱਚੋਂ ਪੂਰੀ ਦੁਨੀਆ ਦਾ ਵਿਸਥਾਰ ਹੋ ਰਿਹਾ ਵੀ, ਅਤੇ ਦਰਬਾਰ ਸਾਹਿਬ ਦਾ ਵਿਸਥਾਰ ਵੀ ਇਸੇ ਤਰੀਕੇ ਨਾਲ ਹੋਇਆ ਸੀਗਾ। ਯਾਨੀ ਕਿ ਪੂਰੀ ਦੀ ਪੂਰੀ ਤਿਆਰੀ ਹੈ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਰ ਬਣਾਉਣ ਦੀ, ਜਿਸ ਤਰ੍ਹਾਂ ਕਿ RSS ਵਾਲੇ, ਜਿਸ ਤਰ੍ਹਾਂ ਕਿ BJP ਵਾਲੇ, ਜਿਸ ਤਰ੍ਹਾਂ ਕਿ ਇਹ ਜਨਸੰਘ ਵਾਲੇ ਵਾਰ ਵਾਰ ਪ੍ਰਚਾਰ ਕਰ ਰਹੇ ਨੇ ਕਿ ਦਰਬਾਰ ਸਾਹਿਬ ਵਿਸ਼ਨੂੰ ਮੰਦਰ ਹੀ ਹੈ, ਉਸਦੇ ਸਬੂਤ ਇਹਨਾਂ ਨੇ ਤਿਆਰ ਕਰ ਲਏ ਨੇ। ਰਿਪੋਰਟ ਦੇ ਵਿੱਚ ਤੁਸੀਂ ਆਪ ਵੇਖਿਆ ਕਿ ਕਿਸ ਤਰੀਕੇ ਨਾਲ ਵਿਪਰਵਾਦ ਸਾਡੇ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਗੁਰਦੁਆਰਿਆਂ ਦੇ ਵਿੱਚ ਵੜ ਚੁੱਕਾ ਹੈ ਅਤੇ ਇਹ ਉਦੋਂ ਤੱਕ ਅੰਦਰ ਨਹੀਂ ਸਰ ਵੜ ਸਕਦੇ ਜਦ ਤੱਕ ਸਾਡੀਆਂ ਆਪਣੇ ਚੁਣੇ ਹੋਏ ਲੀਡਰ ਅਤੇ ਆਪਣੀ ਚੁਣੀ ਹੋਈਆਂ ਕਮੇਟੀਆਂ ਉਹਨਾਂ ਦਾ ਸਾਥ ਨਾ ਦਿੰਦੀਆਂ। ਹੁਣ ਤੁਹਾਡੇ ਚੁਣੇ ਹੋਏ ਲੀਡਰ, ਤੁਹਾਡੇ ਆਗੂ ਅਤੇ ਤੁਹਾਡੀ ਕਮੇਟੀਆਂ ਦੀ ਨੀਅਤ ਕੀ ਹੈ ਤੁਹਾਡੇ ਸਾਹਮਣੇ ਪ੍ਰਤੱਖ ਤੌਰ 'ਤੇ ਹੈ, ਅਤੇ ਜੇਕਰ ਅਸੀਂ ਹਲੇ ਵੀ ਨਾ ਜਾਗੇ
हले भी सुते रहे, हले भी इस उत्ते कोई सीरियस एक्शन ना लिया तो वह दिन दूर नहीं जदों बामणवा तुहानू अपने अंदर जज्ब कर लेगा।